ਸਾਡੀ ਨਾ ਅੱਜ ਮਸ਼ੀਨ ਦਾ ਪੈਪ ਟੁੱਟ ਗਿਆ। ਸੁਬਹ ਮਸ਼ੀਨ ਲਾਉਣ ਲੱਗੀ, ਕੱਪੜੇ ਧੋਣ ਲੱਗੀ ਆ, ਤੇ ਆ ਪਿੱਛੋਂ ਨੇ ਇਹਦਾ ਪੈਪ ਨਿਕਲ ਗਿਆ। ਮੇਰਾ ਸਾਰਾ ਸਾਬਣ ਸਰਫ ਵਾਲਾ ਪਾਣੀ ਵੀ ਡੁੱਲ ਗਿਆ। ਫੇਰ ਮੈਂ ਲਿਆ ਕੇ ਇੱਥੇ ਹੀ ਕੀਤਾ ਇਹਦਾ ਸਿਆਪਾ, ਤੇ ਫੇਰ ਮੈਂ ਵਿੱਚ ਰੱਖ ਦਿੱਤੇ ਕੱਪੜੇ। ਹੁਣ ਮੈਂ ਕੀ ਕਰਦੀ? ਹੁਣ ਮੈਂ ਕਿਹਾ ਮੈਂ ਜਾ ਕੇ ਸੁਬਹ ਸੁਬਹ, ਤੁਹਾਨੂੰ ਪਤਾ ਦੁਕਾਨਾਂ ਵੀ ਨਹੀਂ ਖੁੱਲੀਆਂ, ਮੈਂ ਲਈ ਸੀ ਫਜਰ ਦੀ ਨਮਾਜ਼ ਪੜ੍ਹ ਕੇ। ਹੁਣ ਮੈਂ ਚੱਲੀ ਆ ਇਹਦਾ ਪੈਪ ਲੈਣ, ਤੇ ਮੈਂ ਕਿਹਾ ਆ ਕੇ ਫਿਰ ਇਹਨੂੰ ਮਸ਼ੀਨ ਨੂੰ ਪੈਪ ਲਾ ਕੇ ਆ ਦੇਖ, ਤਾਰਾਂ ਵੀ ਇਹਦੀਆਂ ਟੁੱਟ ਗਈਆਂ, ਤਾਰਾਂ ਵੀ ਨਿਕਲ ਗਈਆਂ। ਤੇ ਹੁਣ ਚੱਲੀਏ ਆਪਾਂ ਪੈਪ ਲੈਣ, ਤੇ ਫਿਰ ਆ ਕੇ ਇਹਨੂੰ ਲਾਉਂਦੇ ਆ। ਅਰਸ਼ਮਾਨ ਕਿੱਥੇ ਆ? ਓਏ ਅੰਦਰ ਬਈਆ, ਮੈਂ ਲੈ ਕੇ ਆਨੀ ਆ ਪੈਪ ਮਸ਼ੀਨ ਦਾ ਇੱਥੋਂ ਫੜ ਕੇ। ਮੈਂ ਹੁਣ ਸ਼ੋਪ ਤੇ ਆਈ ਆ, ਤੇ ਹੁਣ ਮੈਂ ਇੱਥੋਂ ਪੈਪ ਲੈਣੀ ਆ। ਅਸੀਂ ਮਸ਼ੀਨ ਦਾ ਪੈਪ ਲੈ ਕੇ ਆ ਗਏ ਆ, ਸ਼ੁਕਰ ਆ ਮਿਲ ਗਿਆ ਇੱਥੋਂ। ਸ਼ੁਕਰ ਅਲਹਮਦੁਲਿਲਾ, ਅਸੀਂ ਘਰ ਪਹੁੰਚ ਗਏ। ਹੁਣ ਘਰ ਜਾ ਕੇ ਮਸ਼ੀਨ ਨੂੰ ਪੈਪ ਲਾਉਂਦੇ ਹਾਂ। ਪਹਿਲੋਂ ਹੁਣ ਕੱਢਦੇ ਆ ਨਾ ਮਸ਼ੀਨ ਦੇ ਜਨੈ, ਆ ਭਾਈਆਂ ਦੇ ਕੱਪੜੇ ਹੁਣ ਪਾਣੇ ਆ ਉਹਨਾਂ ਨੇ, ਇਹਨਾਂ ਨੂੰ ਇੱਥੇ ਰੱਖ। ਪਹਿਲੋਂ ਸਾਰੇ ਮਸ਼ੀਨ ਚੋਂ ਕੱਪੜੇ ਕੱਢੀਏ, ਫਿਰ ਆਪਾਂ ਲਾਈਏ ਪੈਪ। ਹਾਂਜੀ ਹਾਂਜੀ ਹਾਂਜੀ, ਕਿਆ ਬੱਚਿਆਂ ਦੇ ਬੈਗ, ਬੱਚਿਆਂ ਦਾ ਵੀ ਸਕੂਲ ਸੁਬਹ ਐਡਮਿਸ਼ਨ ਕਰਵਾਉਣ ਜਾਣਾ ਵਾ। ਅੱਲਾ ਖੈਰ ਕਰੇ, ਤੇ ਹੁਣ ਆ ਜਾਓ ਫਿਰ ਮਸ਼ੀਨ ਨੂੰ ਪੈਪ ਲਾਈਏ, ਬਾਹਰ ਕੱਢ ਲੈਂਦੇ ਹਾਂ ਨਾ। ਜਾਂਦੇ ਤੇ ਲੈ ਕੇ ਆਓ। ਪਹਿਲੇ ਮੈਂ ਬੁਰਖਾ ਉਤਾਰ ਦੇ, ਦੁਆ ਦੁਆ ਕਰੋ ਅਸੀਂ ਪੈਪ ਲਾਉਣ ਚ ਕਾਮਯਾਬ ਹੋ ਜਾਈਏ। ਚਲੋ ਵੀ ਹਾਂ। ਅਰੇ ਉਹਨਾਂ ਨੇ ਕਿਹਾ ਤੁਸੀਂ ਇੱਥੋਂ ਕੱਟ ਲਿਓ, ਜੇ ਖਾਣਾ ਖੁੱਲਾ ਹੋਇਆ ਤੇ ਛੁਰੀ ਗਰਮ ਕਰਦੇ ਆ। ਆ ਦਈਓ, ਮੈਂ ਛੁਰੀ ਗਰਮ ਕਰਕੇ ਨਾ ਕੱਟਾਂ। ਹੁਣ ਅਸੀਂ ਆਪਣਾ ਗਰਮ ਪਾਣੀ ਰੱਖੀਏ ਤੇ ਮਸ਼ੀਨ ਲਾਣੀ ਆ। ਜਾ ਜਿੰਨਾ ਉਧਰੋਂ ਗੜਵਾ ਲੈ ਕੇ ਆ ਪਾਣੀ ਗਰਮ ਕਰਨ ਵਾਲਾ, ਢਾਈ ਜਮਾ ਕਰੋ। ਤੂੰ ਕਹਾਂ ਗਰਮ ਪਾਣੀ ਕਰਨ ਵਾਲਾ ਗੜਵਾ ਦੇ ਦੇ। ਹਾਂ ਗਰਮ ਪਾਣੀ ਜਿਸਮੇ ਕਰਤੇ ਆ। ਹਾਂ ਜਾਓ ਜਲਦੀ ਸੇ ਜਾਓ, ਫਿਰ ਗੈਸ ਬੰਦ ਹੋ ਜਾਣਾ, ਮੈਂ ਸਾਬਣ ਕੱਟ ਲਾਂਗਾ। ਹਾਂ
ਦੱਸਿਓ ਜ਼ਰਾ। ਹਾਂ ਜੁੱਤਾ ਦੇ ਮੇਰਾ। ਚੱਲ ਆਹ ਕੱਪੜਿਆਂ ਨੂੰ ਬੁਰਸ਼ ਮਾਰਨਾ ਵਾ ਤੇ ਇਹਨਾਂ ਨੂੰ ਮੈਂ ਬਾਅਦ ਚ ਮਾਰੂੰਗੀ। ਹਮਸਾਇਆਂ ਦੇ ਸ਼ਾਦੀ ਆ ਤੇ ਉਹਨਾਂ ਦੀਆਂ ਬੱਚੀਆਂ ਨੂੰ ਮਹਿੰਦੀ ਲਾਉਣੀ ਆ ਤੇ ਮੈਂ ਮਹਿੰਦੀ ਲਾਉਣ ਦੇਣੀ ਆ, ਫਿਰ ਉਸ ਤੋਂ ਬਾਅਦ ਇਹਨਾਂ ਤੇ ਬੁਰਸ਼ ਮਾਰਾਂਗੇ। ਹਮਸਾਇਆਂ ਦੀ ਬੱਚੀ ਦੀ ਸ਼ਾਦੀ ਹੈ, ਮੈਂ ਤੁਹਾਨੂੰ ਦੱਸਿਆ ਨਾ, ਤੇ ਉਹਦੇ ਮੈਂ ਮਹਿੰਦੀ ਲਾਉਣ ਦਈ ਹਾਂ ਤੇ ਮਹਿੰਦੀ ਵੀ ਚੱਲਣ ਹੀ ਨਹੀਂ ਗਈ ਹੈਗੀ ਤੇ ਉੱਪਰੋਂ ਮੈਂ ਮਸ਼ੀਨ ਵੀ ਲਾ ਲਈ, ਬਸ ਪਤਾ ਹੀ ਨਹੀਂ ਲੱਗਿਆ। ਉੱਪਰੋਂ ਜੰਨਤ ਵੀ ਸਾਡੀ ਰੋਈ ਜਾਂਦੀ ਹੈ ਅੱਜ। ਅਸੀਂ ਹੁਣ ਸਾਰੇ ਕੱਪੜੇ ਧੋ ਲਏ ਆ, ਹੁਣ ਆਪਾਂ ਸਿਰਫ ਮਸ਼ੀਨ ਦੇ ਵਿੱਚ ਆ ਦੇਖੋ, ਕੁਛ ਇੱਥੇ ਪਾ ਦਿੱਤੇ ਆ, ਕੁਛ ਮੈਂ ਉੱਪਰ ਛੱਤ ਤੇ ਜਾ ਕੇ ਪਾਉਂਦੀ ਹਾਂ। ਤੇ ਚਲੋ ਆਪਾਂ ਚੁੱਕਦੇ ਹਾਂ ਕੱਪੜੇ ਤੇ ਛੱਤ ਤੇ ਜਾ ਕੇ ਪਾਉਂਦੇ ਹਾਂ। ਓਏ ਤੂੰ ਇੱਦਾਂ ਕਰ ਸੁਭਾਨ ਸਾਹਿਬ, ਸਾਰੇ ਜਾਨਵਰ ਨਾ ਉੱਤੇ ਛੱਤ ਤੇ ਬੰਦ ਕਰਕੇ ਆ, ਤੈਨੂੰ ਪਤਾ ਅੱਜ ਗਰਾਊਂਡ ਚ ਨੀ ਛੱਡਣੇ, ਉਹਨਾਂ ਨੇ ਟੈਂਟ ਟੂੰਟ ਲਾਏ ਆ ਤੇ ਗਰਾਊਂਡ ਚ ਰਹਿਣ ਦਿੰਦੇ ਆ। ਆ ਮੈਂ ਉੱਪਰ ਲੈ ਕੇ ਜਾਂਦੀ ਹਾਂ ਹੁਣ ਕੱਪੜੇ ਉੱਪਰ ਪਾ ਕੇ ਆਉਂਦੇ। ਪਰੇ 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 ਆ, ਮੇਰਾ ਰਸਤਾ ਰੋਕ ਕੇ ਖੜ ਜਾਂਦਾ ਭਾਜੀ ਸਾਡਾ। ਉਹ ਸਾਰਾ ਦਾਣਾ ਖਾ ਗਏ, ਨਿਕਲ ਬਾਸ, ਬਹੁਤੇ ਗੰਦੇ ਕੱਪੜੇ ਅਰਸ਼ਮਾਨ ਕਰਦਾ। ਵਾਹ ਜੀ ਵਾਹ, ਵਾਹ ਜੀ ਵਾਹ, ਦਾਣਾ ਪਾਣੀ ਖਾ ਲਿਆ ਤੁਸੀਂ? ਓਏ ਓਏ ਸਾਡਾ ਅੱਜ ਤਾਂ ਅੱਜ ਛੋਟਾ ਬੇਬੀ ਵੀ ਬਾਹਰ ਨਿਕਲਿਆ, ਮਾਸ਼ਾਅੱਲਾ ਮਾਸ਼ਾਅੱਲਾ, ਸਾਡਾ ਕਿਊਟ ਜਿਹਾ ਬੇਬੀ ਸੀਗਾ, ਮਾਸ਼ਾਅੱਲਾ ਇਹ ਹੋ ਗਏ ਆ, ਇਹ 20 ਦਿਨ ਦੇ ਹੋ ਗਏ ਆ ਮੇਰੇ ਖਿਆਲ ਚ, ਤੇ ਮਾਸ਼ਾਅੱਲਾ ਇੰਨੇ ਪਿਆਰੇ ਲੱਗਣ ਦੇ ਆ। ਅੱਜ ਬਾਹਰ ਨਿਕਲਿਆ, ਬਾਹਰ ਨੀ ਨਿਕਲਦੇ, ਉਹ ਵੀ ਅਸੀਂ ਅਚਾਨਕ ਆਏ ਆ। ਸਾਇਆਂ ਦੀ ਮਹਿੰਦੀ ਆ, ਸਾਰੀ ਦੁਪਹਿਰ ਮੇਰੀ ਮਹਿੰਦੀ ਚ ਹੀ ਲੰਘ ਗਈ, ਮਸ਼ੀਨ ਵੀ ਲਾ ਲਈ ਉੱਤੋਂ ਤੇ ਕੁੜੀਆਂ ਮਹਿੰਦੀ ਲਵਾਉਣ ਆ ਗਈਆਂ ਤੇ ਬਸ ਉਹਨਾਂ ਦੇ ਲਾਉਣ ਦੇ ਚੱਕਰਾਂ ਚ ਹੀ ਰਹੀ। ਹੁਣ ਵੀ ਅਸੀਂ ਸਾਰੇ ਕੱਪੜੇ ਕੁਪੜੇ ਪਾ ਕੇ, ਮੇਰੀ ਇੱਕ ਚਾਦਰ ਰਹਿ ਗਈ ਆ, ਫਿਰ ਮੈਂ ਸੇਨ ਧੋਣਾ ਵਾ, ਪੋਚੀਆਂ ਫੇਰਨੀਆਂ, ਹਜੇ ਇੰਨਾ ਕੰਮ ਪਿਆ ਕਰਨ ਵਾਲਾ, ਤੇ ਤਾਂ ਕੱਪੜੇ ਬੜੇ ਗੰਦੇ ਕਰਦੇ ਆ, ਅਜੇ ਦੂਜੇ ਤੀਜੇ ਦਿਨ ਧੋਣੀ ਆ। ਹਾਂਜੀ ਇਹ ਸੀ ਸਾਡਾ ਅੱਜ ਦਾ ਵਲੋਗ, ਅਗਰ ਤੁਹਾਨੂੰ ਅੱਛਾ ਲੱਗਿਆ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ, ਸਬਸਕ੍ਰਾਈਬ ਕਰਿਓ। ਅੱਲਾ ਹਾਫਿਜ਼, ਬਾਏ ਬਾਏ। ਹੁਣ ਨਾ ਇਹਨਾਂ ਨੂੰ ਮੈਨੂੰ ਲੱਗਦਾ ਲੱਗੀ ਹੋਈ ਆ ਟੋਮੀ ਸਾਹਿਬ ਨੂੰ ਪਿਆਸ, ਹਾਲਾਂਕਿ ਮੈਂ ਪਾਣੀ ਪਿਲਾ ਕੇ ਵੀ ਗਈ ਆ, ਫੇਰ ਲੱਗੀ ਆ, ਹੁਣ ਇਹਨਾਂ ਸਾਰਿਆਂ ਨੂੰ ਆਪਾਂ ਪਾਣੀ ਪਿਲਾਉਂਦੇ ਆ। ਆ ਜਿਹੜੇ ਸਾਡੇ ਨੰਨੇ ਮੁੰਨੇ ਆ ਰੈਬਟ ਸਾਹਿਬ, ਆ ਵੀ ਦੇਖ ਕੋਲੇ ਚ ਮੂੰਹ ਮਾਰਨ ਦਈ ਆ, ਤਰਕੀ ਪੜਨ ਨੂੰ ਵੀ ਪਿਆਸ ਲੱਗੀ, ਸਾਰਿਆਂ ਨੂੰ ਹੁਣ ਪਾਣੀ ਪਾਉਂਦੇ ਆ ਟਾਪੇ ਦੇ ਵਿੱਚ। ਬੱਚਿਆਂ ਨੂੰ ਕਹੂੰਗੀ ਪਾਣੀ ਪਾਉਣ ਕਿਉਂਕਿ ਮੈਂ ਬਹੁਤ ਥੱਕ ਚੁੱਕੀ ਆ, ਹੁਣ ਆਪਾਂ ਚੱਲਦੇ ਨੀਚੇ। ਪਿਲਾਤੇ ਡੋਲੂ ਕਿੱਥੇ ਆ ਆਪਣਾ? ਉੱਪਰ ਡੋਲੂ ਲੈ ਗਿਆ ਸਾਰੇ ਜਾਨਵਰਾਂ ਨੂੰ ਪਾਣੀ ਪਾ, ਸ਼ਾਬਾਸ਼।
ਗੋਲੂ ਉੱਪਰ ਹੀ ਆ।